जांच प्रभावित ना हो इसलिए नहीं करेंगे खुलासा, कहा कौशल शर्मा ने। गत दिनों हुए सुधीर हत्याकांड मामले में आज उनके परिवार व शिवसेना टकसाली के पदाधिकारियों द्वारा एक प्रेस कॉन्फ्रेंस रखी गई थी, जिसमें उन्होंने पूरे हत्याकांड मामले को लेकर अन्य दोषियों की वीडियो का खुलासा करना था। लेकिन जब सभी पत्रकार प्रेस कॉन्फ्रेंस के लिए पहुंचे तो शिवसेना टकसाली पंजाब के अध्यक्ष कौशल शर्मा ने प्रेस कॉन्फ्रेंस के जरिए कुछ भी कहने से इनकार कर दिया और कहा कि पुलिस प्रशासन को अन्य दोषियों के वीडियो दे दिए गए हैं और पुलिस द्वारा इस मामले को लेकर गुप्त जांच की जा रही है। उन्होंने कहा कि वह आज प्रेस कॉन्फ्रेंस में कोई भी खुलासा नहीं करेंगे ताकि प्रशासन द्वारा चल रही जांच प्रभावित ना हो सके। हाँ। बाकी जो भी है वो ताडे अगे बहुत जल्द दो चार दिन जी रख दिता जाए। बेशक जी तुसी गल करदे हो कि तुहाडे सामने आ गया, लेकिन प्रशासन दे सामने क्यों नहीं आया जो चार पांच दिन हो गए? प्रशासन कहंदे साडी स्पीच है, सब कुछ गुप्त कर रहे हैं। जो भी प्रशासन ने शेयर किया गया वो सब अपनी स्पीच रख के बैठे है, कहंदे सानू कर लैण दो जो भी कर रहे हैं। तुहाडे वल्लों मैसेज पाया गया कि वीडियो है तुहाडे कोल जिहड़े विच वी दो बंदे होर जो भी सी मैसेज वीडियो वल्लों जो मिलिया प्रूफ होर भी बड़ा कुछ सी, असीं सारा प्रशासन ने शेयर करता है। वो कहें साड़ी है सीट के बीच है तो असं इनू कर लिए, उस तो बाद जो भी मीडिया ने बुला के असं सारा कुछ शेयर कर। सर दबाव सानू कोई नहीं, प्रशासन साढ़े मोढ़े ना मोढ़ा ला के चल रहा है। प्रशासन चाहता है कि जरा आतंकवाद है, क्योंकि आतंकवाद का कोई नाम नहीं, इनू खत्म किया जाए। असी तुहानू भरावां नूं एक बेनती करनी, तुहाडे थ्रू कहना चाहना, कुछ जथेबंदियां वालों सम्मानित किया जा रहा, मैं यही मैसेज देना चाहना। किन्हां नूं सम्मानित किया जा रहा? उन्होंने परिवार को, क्योंकि ना किया जाए जे ਅੱਗੋਂ ਅਪਰਾਧੀ ਨਾ ਪੈਦਾ ਹੋ ਸਕਦਾ। ਕਹਿੰਦੇ ਉਹਨਾਂ ਪਰਿਵਾਰਾਂ ਨੂੰ ਧਮਕੀਆਂ ਮਿਲੀਆਂ ਜੀ? ਸਰ ਕਿਸੇ ਵੱਲੋਂ ਸਾਡੇ ਕਿਸੇ ਸੰਗਠਨ ਵੱਲੋਂ ਸਾਡੀ ਕਿਸੇ ਨੂੰ ਕੋਈ ਧਮਕੀ ਨਹੀਂ। ਅਸੀਂ ਸਭ ਨੂੰ ਹੱਥ ਜੋੜ ਕੇ, ਸਭ ਨੂੰ ਪਤਾ ਕਿ ਪਾਰਟੀ ਚਲਾਈਦੀ ਹੈ ਅਤੇ ਧਰਮ ਦਾ ਕੰਮ ਕਰਦੀ। ਹੁਣ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ, ਅੰਦਰ ਮੀਟਿੰਗ ਚੱਲ ਰਹੀ ਸੀ, ਲੇਕਿਨ ਕਿੰਨੇ ਕੁ ਬੰਦੇ ਇਸ ਕੇਸ ਦੇ ਵਿੱਚ ਆ ਗਏ ਅਤੇ ਕਿੰਨੇ ਕੁ? ਸਰ ਉਹ ਹੋ ਸਕਦਾ, ਮੈਂ ਤੁਹਾਨੂੰ ਦੱਸਿਆ ਇੱਕ ਵੀ ਹੋ ਸਕਦਾ, ਦਸ ਵੀ ਹੋ ਸਕਦੇ। ਪ੍ਰਸ਼ਾਸਨ ਕਹਿੰਦਾ ਸਾਨੂੰ ਤਫਤੀਸ਼ ਕਰਨ ਦਿਓ, ਜਿਸ ਤਰ੍ਹਾਂ ਹੋਏਗਾ ਦੋ ਚਾਰ ਦਿਨ ਪ੍ਰਸ਼ਾਸਨ ਮੰਗਾਂ ਰੱਖੀਆਂ ਸੀ ਕਿ ਫਲਾਣੇ ਬੰਦਿਆਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ? ਸਰ ਜੋ ਮੰਗਾਂ ਰੱਖੀਆਂ ਸੀ ਪ੍ਰਸ਼ਾਸਨ ਉੱਤੇ, ਤੁਹਾਨੂੰ ਦੱਸਿਆ ਸੀ ਕਿ ਉਹਦੀ ਉਹਨੂੰ ਲਿਆ ਰਿਮਾਂਡ 'ਤੇ, ਪ੍ਰਮਾਣ ਦੇ ਹਿਸਾਬ ਨਾਲ ਜੋ ਤਫਤੀਸ਼ ਹੋਈ ਉਹਦਾ ਨਾਮ 'ਤੇ। ਅੰਮ੍ਰਿਤਪਾਲ ਦੀ ਗੱਲ ਕੀਤੀ ਜਾਂਦੀ ਸੀ, ਤੁਸੀਂ ਸਸਕਾਰ ਤਾਂ ਕਰੋਗੇ ਜੇ ਅੰਮ੍ਰਿਤਪਾਲ 'ਤੇ ਮਾਮਲਾ ਦਰਜ ਕੀਤਾ ਜਾਵੇ? ਪ੍ਰਸ਼ਾਸਨ ਤਫਤੀਸ਼ ਕਰ ਰਿਹਾ, ਉਹਦੀ ਦਰਖਾਸਤਾਂ ਦਿੱਤੀਆਂ ਗਈਆਂ, ਜਿਹੜਾ ਵੀ ਵਿੱਚ ਅਪਰਾਧੀ ਹੋਏਗਾ ਪ੍ਰਸ਼ਾਸਨ ਨੂੰ ਜੀ ਪਰਿਵਾਰ ਨਾਲ ਹੈ ਤੁਹਾਡੇ? ਸੁਰਜੀਤ ਬਿਲਕੁਲ ਸਰ ਨਾਲ ਹੈ, ਇਹ ਉਹਨਾਂ ਦੇ ਭਤੀਜੇ ਨੇ, ਸਾਡੇ ਯੂਥ ਦੇ ਪ੍ਰਧਾਨ ਨੇ, ਇਹਨਾਂ ਦੇ ਬੇਟਾ ਜੀ ਖੜੇ ਹੈ। ਠੀਕ ਹੈ ਜੀ, ਪਰਿਵਾਰ ਦੇ ਨਾਲ ਆਪਾਂ ਐਂਡ ਤੱਕ ਨਾਲ ਹਾਂ, ਪਰਿਵਾਰ ਸਾਡੇ ਨਾਲ ਐਂਡ ਤੱਕ ਨਾਲ। ਕੌਸ਼ਲ ਜੀ ਸਰ, ਅਸੀਂ ਮੰਗ ਕਰਦੀ ਪ੍ਰਸ਼ਾਸਨ ਜਿਸ ਤਰ੍ਹਾਂ ਜੋ ਚਾਹੇਗਾ ਉਹਦੇ ਹਿਸਾਬ ਨਾਲ ਸਿਕਿਉਰ। ਲੱਗਦਾ ਜੀ ਹੁਣ ਪ੍ਰਸ਼ਾਸਨ ਵੱਲੋਂ ਹਿੰਦੂ ਲੀਡਰਾਂ ਨੂੰ ਜੈਕਟਾਂ ਦਿੱਤੀਆਂ ਜਾ ਰਹੀਆਂ, ਲੇਕਿਨ ਪਹਿਲਾਂ ਦਿੱਤੀਆਂ ਹੁੰਦੀਆਂ ਨੇ? ਹੋ ਸਕਦਾ ਪ੍ਰਸ਼ਾਸਨ ਨੇ ਕੋਈ ਨਾ ਵੋਟ ਮਾੜੀਆਂ ਹੋਣ, ਅੱਗੋਂ ਵੋਟਾਂ ਆਈਆਂ ਉਹਦੇ ਹਿਸਾਬ ਨਾਲ ਕਰ ਰਿਹਾ ਪ੍ਰਸ਼ਾਸਨ। ਕੀ ਅਪੀਲ ਕਰਦੇ ਹਾਂ ਭਾਈਚਾਰਾ ਸਾਂਝ ਬਣਾਉਣ? ਅਸੀਂ ਕਹਿੰਦੇ ਹਾਂ ਅਪੀਲ ਸਰ, ਭਾਈਚਾਰਾ ਸਾਂਝ ਬਣੀ ਰਹਿਣੀ ਚਾਹੀਦੀ ਹੈ, ਉਹ 'ਚ ਫਿੱਕ ਨਹੀਂ ਪੈਣੀ ਚਾਹੀਦੀ। ਸਭ ਨੂੰ ਕਹਿੰਦੇ ਹਾਂ, ਹੱਥ ਜੋੜਦੇ ਹਾਂ ਕਿ ਕੋਈ ਇਸ ਚੀਜ਼ ਨੂੰ ਨਾ ਭੜਕਾਏ ਪ੍ਰਸ਼ਾਸਨ, ਕਿਉਂਕਿ ਆਤੰਕਵਾਦ ਦਾ ਕੋਈ ਨਾਮ ਨਹੀਂ, ਨਾ ਹੀ ਉਹਦਾ ਕੋਈ ਧਰਮ ਹੈ। ਇਸ ਲਈ ਅਪੀਲ ਇਹੀ ਕਰਦੇ ਹਾਂ ਕਿ ਜੋ ਪ੍ਰਸ਼ਾਸਨ ਆਪਣੀ ਸਪੀਚ ਕਰ ਰਿਹਾ ਉਹਨੂੰ ਕਰਨ ਦਿੱਤੀ ਜਾਏ, ਅਤੇ ਜੋ ਵੀ ਹੋਏਗਾ ਉਹ ਸਾਹਮਣੇ ਸਾਰੇ। ਕੁਛ ਕਿਸ ਤਰ੍ਹਾਂ ਦੇ ਦਿਓ, ਕਹਿੰਦੇ ਜੈਟਾਂ ਨਾਲ ਉਹ ਬੜੇ ਸੋਚ ਸਮਝ ਕੇ ਬੋਲਣਾ ਚਾਹੀਦਾ ਵਾ, ਕਿਸ ਤਰ੍ਹਾਂ ਦੇ ਦਿਓ? ਬਿਆਨਬਾਜ਼ੀ ਨੂੰ ਗੱਲ ਕਰ ਰਹੇ ਹਾਂ, ਬਿਆਨਬਾਜ਼ੀ ਸਰ ਕਿਸੇ ਧਰਮ ਦੀ ਨਹੀਂ ਬੋਲਣਾ ਚਾਹੀਦਾ, ਕਿਸੇ ਨਾਲ ਜੋ ਹੁਣ ਜਿੱਦਾਂ ਮੀਡੀਆ 'ਚ ਮਤਲਬ ਕਿ ਚੈਨਲ 'ਤੇ ਚੱਲਦਾ ਹੈ, ਅਸੀਂ ਕਿੰਨੇ ਕੋਲ ਨਾ ਬੋਲੇ, ਜੋ ਵੀ ਹੈ ਸ਼ਾਂਤੀਮਈ ਚੱਲਣਾ ਚਾਹੀਦਾ, ਕਿਉਂਕਿ ਸਾਡੇ ਪੰਜਾਬ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਸ਼ੁਭਮ ਮੈਨੂੰ।